¿Qué te acuerdas, Manuel? ਬੈਠੇ ਸੀਗੇ ਸਾਨੂੰ ਇਸ ਗੱਲ ਦਾ ਧਿਆਨ ਨਹੀਂ ਆਇਆ ਇੱਕ ਵਾਰੀ ਸੁਰ ਦੇਣੇ ਹੋ ਕੇ ਪਤਾ ਲੱਗਿਆ ਇਹ ਜੀ ਲੋਹੇ ਦਾ ਸੀਗਾ ਫੁਟਕ ਦਾ ਸੀਗਾ ਤੇ ਸੁੰਬੇ ਵਾਂਗੂ ਸੀਗਾ ਮੂਹਰੋਂ ਅੱਗੋਂ ਪਤਲਾ ਸੀ ਪਿੱਛੋਂ ਮੋਟਾ ਸੀਗਾ ਉੱਤੋਂ ਵੜਿਆ ਹੈ ਤੇ ਬਹੁਤ ਮਤਲਬ ਕਿ ਐਂ ਫਿਰ ਕਮਰੇ ਜੇ ਕੰਮ ਗਏ ਸੀਗੇ ਠੀਕ ਹੈ ਨਾ ਧੂੰਆਂ ਬਹੁਤ ਦੇ ਰਿਹਾ ਸੀਗਾ ਤੇ ਅਸੀਂ ਆ ਕੇ ਵੇਖਿਆ ਫਿਰ ਅਸੀਂ ਬਾਹਰ ਚਲੇ ਗਏ ਸਾਰੇ ਸਾਰਾ ਪਿੰਡ ਇਕੱਠਾ ਹੋ ਗਿਆ ਉਸ ਤੋਂ ਬਾਅਦ ਇੱਥੇ ਤੇ ਉਦੋਂ ਬਾਅਦ ਸਾਹਿਬ ਹੋਰ ਆ ਗਏ ਡੀ ਐਸ ਪੀ ਸਾਹਿਬ ਹੋਰ ਆ ਗਏ ਤੇ ਉਦੋਂ ਬਾਅਦ ਸਾਰਾ ਹੁਣ ਚੱਲ ਹੀ ਰਿਹਾ ਤੁਹਾਡੇ ਸਾਹਮਣੇ ਸਾਰਾ ਬਿਆਨ ਉਹ ਜੀ ਬੀ ਐਸ ਐਫ ਆਈ ਆ ਤੇ ਉਹ ਹੁਣ ਗਏ ਆ ਦੇਖੋ ਕੀ ਪਤਾ ਲੱਗੂਗਾ ਹੁਣ ਉਹ ਲੈ ਕੇ ਗਏ ਆ ਸਰਚ ਵਾਸਤੇ ਵੀ ਕੀ ਚੀਜ਼ ਆ ਆਈ ਕਿੱਥੋਂ ਆ ਪਤਾ ਲੱਗਿਆ ਕੁਝ ਇਹ ਇਧਰੋਂ ਪਾਕਿਸਤਾਨ ਸਾਈਡ ਤੋਂ ਆਇਆ ਜੀ ਫਿਰ ਚੱਕ ਕੇ ਭੱਜ ਕੇ ਨੂੰ ਮੇਰੀ ਕਹਿੰਦੀ ਵੀ ਮੰਮੀ ਬਾਹਰ ਆ ਜਾ ਭੱਜ ਕੇ ਦਾ ਚੱਲ ਨਾ ਜਾਵੇ ਤੇ ਅਸੀਂ ਪਿੱਛੇ ਬਾਹਰ ਚੱਲ ਕੇ ਦਵਾ ਦਾ ਤੇ ਅੱਗੋਂ ਧੂੰਆਂ ਨਿਕਲ ਆ ਗਿਆ ਬਾਹਰ ਤੇ ਨਾਲ ਦੀ ਨਾਲ ਅਸੀਂ ਪੱਤਰਕਾਰ ਨੂੰ ਪਹਿਲਾਂ ਫੋਨ ਕਰਿਆ ਨਾਲ ਦਾ ਘਰ ਆਪਣਾ ਪੱਤਰਕਾਰ ਦਾ ਉਦੋਂ ਬਾਅਦ ਇਧਰ ਇਹ ਬਾਈ ਜੀ ਕੇ ਆਖਿਆ ਹਾਂ ਸਾਡੇ ਆ ਤੇ ਮੁੜ ਕੇ ਨਾਲ ਦੀ ਨਾਲ ਸਾਰਾ ਪਿੰਡ ਇਕੱਠਾ ਹੋ ਗਿਆ ਫਿਰ ਚੌਕੀ 'ਚ ਫੋਨ ਕਰਤਾ ਇਹ ਪਤਾ ਨਹੀਂ ਲੱਗਿਆ ਅਸੀਂ ਵੇਖੀ ਨਹੀਂ ਜੀ ਤਾਂ ਦੋ ਪਿੱਛੇ ਤੋਂ ਆਏ ਜਿਹੜੇ ਡੇਢ ਵੀ ਗੱਟਦਾ ਸੀ ਇਧਰਲੇ ਪਾਸੇ ਜਦੋਂ ਆਏ ਆ ਨਾ ਥੱਲੇ ਤਾਂ ਚੜੇ ਆ ਤਿੰਨ ਸੀ ਅੱਗੜ ਪਿੱਛੇ ਆਏ ਨਹੀਂ ਪਿੱਛੇ ਤੇ ਮੈਂ ਮੈਨੂੰ ਉਹਨੂੰ ਆਖਿਆ ਰਾਜ ਵੀਰ ਵੇਖੀ ਮੈਂ ਕਿਵੇਂ ਤਾਂ ਚੜੇ ਆਉਂਦੇ ਆ ਉਹ ਆਂਦੀ ਮੰਮੀ ਤੂੰ ਵੇਖ ਨਾ ਕੇ ਰੋਟੀ ਖਾਓ ਦਾਲ ਪਾਈ ਜਾਂਦੇ ਆ ਜਿਹੜੀ ਰਾਤ ਸਾਡੇ ਕੋਈ ਸ਼ੈਲ ਡਿੱਗਿਆ ਉਹ ਸ਼ੈਲ ਅਸੀਂ ਉੱਪਰ ਪਹਿਲਾਂ ਹੋ ਰਹੀ ਸੀ ਫਾਇਰਿੰਗ ਵਗੈਰਾ ਅਸੀਂ ਦੇਖ ਰਹੇ ਸੀ ਸਾਡੇ ਪਾਕਿਸਤਾਨ ਇਸ ਸਾਈਡ ਤੇ ਹੈਗਾ ਔਰ ਉਸ ਲੋਕੇਸ਼ਨ 'ਚ ਚੱਕ ਹੀ ਜਾਂਦੇ ਸੀ ਅਸੀਂ ਤੇ ਉਸ ਦੇ ਦੌਰਾਨ ਇੱਕ ਦੋ ਜਿਵੇਂ ਆਤਿਸ਼ਬਾਜ਼ੀ ਆਈ ਹੁੰਦੀ ਆਤਿਸ਼ਬਾਜ਼ੀ ਦੇ ਰੂਪ 'ਚ ਦੋ ਉਹਨਾਂ ਨੇ ਆਵਾਜ਼ਾਂ ਕੀਤੀ ਸੀਟੀ ਦੀ ਆਵਾਜ਼ 'ਚ ਇੱਕ ਪਹਿਲਾਂ ਗਿਰੀ ਹੈ ਇੱਕ ਬਾਅਦ 'ਚ ਗਿਰੀ ਹੈ 5 ਮਿੰਟਾਂ ਬਾਅਦ ਹਰਦੇਵ ਸਿੰਘ ਸਾਡੇ ਕੋਲ ਆਇਆ ਭੱਜ ਕੇ ਮੇਰੇ ਘਰ ਕਮਰੇ ਦੇ ਵਿੱਚ ਕੋਈ ਬੰਬ ਨੁਮਾ ਚੀਜ਼ ਵੜ ਚੁੱਕੀ ਹੈ ਅਤੇ ਅਸੀਂ ਜਾ ਕੇ ਦੇਖਿਆ ਉਹ ਸਮੋਕ ਛੱਡੀ ਜਾ ਰਿਹਾ ਸੀ ਫਿਰ ਅਸੀਂ ਦੂਰ ਹੋਏ ਉਹਨਾਂ ਨੇ ਪੁਲਿਸ ਆ ਗਈ ਪੁਲਿਸ ਨੇ ਆ ਕੇ ਉਹ ਰਾਊਂਡ ਅਪ ਕਰ ਲਿਆ ਏਰੀਆ ਬਾਕੀ ਮੌਕੇ 'ਤੇ ਪ੍ਰਸ਼ਾਸਨ ਹੀ ਹੋਇਆ ਸਾਰੀ ਰਾਤ ਹੋ ਗਿਆ ਪ੍ਰਸ਼ਾਸਨ ਇੱਥੇ ਆਪਦਾ ਪੂਰਾ ਹੀ ਆਪਣੀ ਤਹਿ ਦਿਲੀ ਨਾਲ ਆਪਦਾ ਕੰਮ ਕਰੀ ਜਾਂਦੇ ਆ ਅਤੇ ਆਉਣ ਆਰਮੀ ਦਾ ਉਹ ਆ ਕੇ ਵੇਟ ਕਰੀ ਜਾਂਦੇ ਆ ਜਾਂ ਕੋਈ ਉਹਨਾਂ ਦਾ ਕੋਈ ਹੋਰ ਹੁਣ ਦਾ ਮੌਕੇ ਦੀ ਹੈਗੀ ਆ ਮਹਿਕਮੇ ਤਰਫੋਂ ਆਪਦੀ ਸਾਰੀ ਕਾਰਵਾਈ ਤਹਿ ਦਿਲੀ ਨਾਲ ਕਰੀ ਜਾਂਦੇ ਐਂਬੂਲੈਂਸ ਆਈ ਵੀ ਹੈ ਫਾਇਰ ਬ੍ਰਿਗੇਡ ਆ ਗਈ ਹੈ ਬਾਕੀ ਲੋਕ ਪਬਲਿਕ ਦਾ ਵੀ ਪੂਰਾ ਸਹਿਯੋਗ ਹੈ ਸਾਡੇ ਅਤੇ ਮਤਲਬ ਜੋ ਇੱਥੇ ਆਏ ਆ ਪੁਲਿਸ ਦਾ ਉਹਨਾਂ ਨੇ ਵੀ ਪੂਰਾ ਆਪਣੇ ਆਪ ਨੂੰ ਇਹਨੂੰ ਸਾਰਾ ਰਾਊਂਡ ਅਪ ਕਰਕੇ ਅਤੇ ਕੰਟਰੋਲ ਕਰਕੇ